ਜੇ ਬੰਦਾ ਵਿਆਹਿਆ ਹੋਇਆ ਆ ਮੈਰਿਡ ਆ ਤੇ ਫਿਰ ਜਰਮਨੀ ਦੇ ਵਿੱਚ ਆਪਾਂ ਕਿੰਨੇ ਚਿਰ ਬਾਅਦ ਨੈਸ਼ਨਲਟੀ ਅਪਲਾਈ ਕਰ ਸਕਦੇ ਆ ਕਿਉਂਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਆ ਹੁਣ ਆਪਾਂ ਦੇਖੀਏ ਇਟਲੀ ਤੋਂ ਸਪੇਨ ਤੋਂ ਪੋਰਟਗਲ ਤੋਂ ਜਰਮਨ ਨੂੰ ਮੂਵ ਹੋਏ ਆ ਠੀਕ ਹੈ ਜੀ ਜਿਨ੍ਹਾਂ ਵਿੱਚੋਂ ਇੱਕ ਜੀ ਦੇ ਕੋਲ ਉੱਥੇ ਦੀ ਨੈਸ਼ਨਲਟੀ ਹੁੰਦੀ ਆ ਤੇ ਬਹੁਤ ਸਾਰੇ ਭੈਣ ਭਰਾ ਪੁੱਛਦੇ ਆ ਕਿ ਜੇ ਆਪਾਂ ਵਿਆਹੇ ਹੋਏ ਆ ਤੇ ਫਿਰ ਜਰਮਨੀ ਦੇ ਵਿੱਚ ਕਿੰਨੇ ਚਿਰ ਬਾਅਦ ਨੈਸ਼ਨਲਟੀ ਅਪਲਾਈ ਕਰ ਸਕਦੇ ਆ ਸੋ ਪਹਿਲੀ ਗੱਲ ਜੇ ਸਾਡਾ ਹਸਬੰਡ ਜਾਂ ਵਾਈਫ ਜਿਹੜਾ ਸਾਡਾ ਸਪਾਊਸ ਆ ਜੇ ਤੇ ਉਹ ਜਰਮਨ ਆ ਠੀਕ ਹੈ ਜੀ ਸਿਰਫ ਫੇਰ ਹੀ ਆਪਾਂ 3 ਸਾਲ ਬਾਅਦ ਨੈਸ਼ਨਲਟੀ ਅਪਲਾਈ ਕਰ ਸਕਦੇ ਹਾਂ ਠੀਕ ਹੈ ਜੀ ਉਹ ਵੀ 3 ਸਾਲ ਜਿਹੜੀ ਲਗਾਤਾਰ ਮੈਲਡਰਮ ਚਲਦੀ ਹੋਵੇ ਇਕੱਠਿਆਂ ਦੀ ਕੋਈ ਕੇਸ ਨਾ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਕਿਉਂਕਿ ਸਾਰਾ ਕੁਝ ਫਿਰ ਜਿਹੜੂ ਪ੍ਰੋਗਨੋਸੇ ਬੰਦੇ ਆ ਉਹ ਪ੍ਰੂਫ ਕੀਤਾ ਜਾਂਦਾ ਆ ਠੀਕ ਹੈ ਜੀ ਸੋ 3 ਸਾਲ ਹੋ ਗਏ ਹੁਣ ਜੇ ਸਾਡਾ ਸਪੌਸ ਜਿਹੜਾ ਆ ਸਾਡਾ ਹਸਬੰਡ ਜਾਂ ਵਾਈਫ ਜਿਹੜਾ ਆ ਉਹ ਜਰਮਨ ਨੈਸ਼ਨਲਟੀ ਹੋਲਡਰ ਆ ਪਰ ਜੇ ਹੁਣ ਆਪਾਂ ਇਟਲੀ ਤੋਂ ਆਏ ਆ ਜਾਂ ਸਪੇਨ ਤੋਂ ਆਏ ਆ ਜਾਂ ਪੋਰਟੂਗਲ ਤੋਂ ਆਏ ਆ ਫੇਰ ਸਾਡੇ ਲਈ ਉਹੀ ਰੂਲ ਆ ਠੀਕ ਹੈ ਜੀ 8 ਸਾਲ ਬਾਅਦ ਅਜੇ ਤੱਕ ਤਾਂ 8 ਸਾਲ ਬਾਅਦ ਹੀ ਆਪਾਂ ਨੈਸ਼ਨੈਲਟੀ ਅਪਲਾਈ ਕਰ ਸਕਦੇ ਆ ਜੇ ਇਹ ਨਵਾਂ ਕਾਨੂੰਨ ਆ ਗਿਆ ਤਾਂ ਫਿਰ 5 ਸਾਲ ਬਾਅਦ ਹੋ ਜਾਏਗਾ ਠੀਕ ਹੈ ਜੀ ਹਾਂ ਇੱਕ ਸਾਡਾ ਜਰੂਰ ਫਾਇਦਾ ਹੋ ਜਾਂਦਾ ਹੈ ਜਦੋਂ ਸਾਡੇ ਲਾਈਫ ਪਾਰਟਨਰ ਕੋਲ ਸਾਡੇ ਸਪੌਸ ਕੋਲ ਯੂਰਪ ਦੇ ਕਿਸੇ ਵੀ ਦੇਸ਼ ਦੀ ਨੈਸ਼ਨੈਲਟੀ ਹੋਵੇ ਜਦੋਂ ਆਪਾਂ ਜਰਮਨ ਚ ਆਨੇ ਆ ਤੇ ਫਿਰ ਸਾਨੂੰ ਪਹਿਲਾਂ ਜਾਂ 3 ਜਾਂ 6 ਮਹੀਨਾ ਦਾ ਵੀਜ਼ਾ ਮਿਲਦਾ ਹੈ ਜਦੋਂ ਸਾਰਾ ਕੁਝ ਪ੍ਰੂਫ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸਦਾ ਹੀ 5 ਸਾਲ ਦਾ ਵੀਜ਼ਾ ਨੈਸ਼ਨਲਟੀ ਜਿਹੜੀ ਆ ਹਜੇ ਤੱਕ ਤਾਂ 8 ਸਾਲ ਬਾਅਦ ਹੀ ਮਿਲੇਗੀ ਠੀਕ ਹੈ ਜੀ ਤੇ ਜੇ ਨਵਾਂ ਕਾਨੂੰਨ ਆ ਗਿਆ ਤੇ ਫਿਰ 5 ਸਾਲ ਬਾਅਦ ਬਾਕੀ ਵੀਡੀਓ ਲਾਈਕ ਸ਼ੇਅਰ ਤੇ ਫੋਲੋ ਕਰ ਦਿਓ ਜੇ ਕੋ ਗੁਸਤਾਖੀ ਹੋ ਜਾਂਦੀ ਹੈ ਜਾਣੇ ਜਾਣਵੇਂ ਤੁਹਾਨੂੰ ਲਵ ਸਗੇ ਆਉਂਦਾ ਹਾਂ ਜੁੜ ਕੇ ਤੁਹਾਨੂੰ ਮਾਫੀ ਚਾਹੁੰਦਾ ਜੀ ਸਤਿ ਸ਼੍ਰੀ ਅਕਾਲ ਸਾਰਨ ਤੇ ਜਿਉਂਦੇ ਬਸਤੇ ਰਹੋ